ਤੇ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ 5 ਫੌਜੀ ਜਵਾਨ ਅਭਿਆਸ ਦੌਰਾਨ ਸ਼ਹੀਦ ਹੋ ਗਏ ਨੇ। ਜੀ ਹਾਂ, ਟੈਂਕ ਨਾਲ ਇਹ ਸਾਰੇ ਜਵਾਨ ਨਦੀ ਵਿੱਚ ਟ੍ਰੇਨਿੰਗ ਕਰ ਰਹੇ ਸੀ। ਇਸ ਦੌਰਾਨ ਅਚਾਨਕ ਨਦੀ ਦਾ ਪਾਣੀ ਵੱਧ ਗਿਆ ਅਤੇ ਟੈਂਕ ਸਮੇਤ ਇਹ ਜਵਾਨ ਪਾਣੀ ਵਿੱਚ ਰੁੜ ਗਏ, ਜਿਸ ਤੋਂ ਬਾਅਦ ਹੁਣ ਇਹਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। 5 ਦੇ 5 ਫੌਜੀ ਜਵਾਨ ਸ਼ਹੀਦ ਹੋਏ ਨੇ। ਦਰਅਸਲ ਲੱਦਾਖ ਵਿੱਚ ਇਹਨਾਂ ਫੌਜੀ ਜਵਾਨਾਂ ਵੱਲੋਂ ਟ੍ਰੇਨਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਇਹਨਾਂ ਦਾ ਟੈਂਕ ਪਾਣੀ ਵਿੱਚ ਪਹੁੰਚਿਆ ਤਾਂ ਅਚਾਨਕ ਨਦੀ ਵਿੱਚ ਹੜ੍ਹ ਆ ਗਿਆ, ਜਿਸ ਕਾਰਨ ਇਹ ਸਾਰੇ ਜਵਾਨ ਇਸ ਨਦੀ ਵਿੱਚ ਰੁੜ ਗਏ। ਉੱਧਰ ਇਸ ਦੀਆਂ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ, ਜਿਸ ਵਿੱਚ ਕਿ ਫੌਜੀ ਜਵਾਨਾਂ ਨੂੰ ਟੈਂਕ ਨਾਲ ਅਭਿਆਸ ਕਰਦਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਹ ਤਸਵੀਰਾਂ ਹੜ੍ਹ ਆਉਣ ਤੋਂ ਕੁਝ ਸਮਾਂ ਪਹਿਲਾਂ ਦੀਆਂ ਨੇ, ਪਰ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਦੱਸ ਦਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ ਇਹ ਵੱਡਾ ਹਾਦਸਾ ਵਾਪਰਿਆ। ਇਹ ਫੌਜ ਦੇ ਜਵਾਨ ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ 'ਚ ਸਿਓਕ ਨਦੀ ਨੂੰ ਟੈਂਕ ਨਾਲ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ। ਇਸ ਦੌਰਾਨ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਫੌਜ ਦੇ 5 ਜਵਾਨ ਇਸੇ ਦਰਿਆ ਵਿੱਚ ਰੁੜ ਗਏ ਅਤੇ ਸ਼ਹੀਦ ਹੋ ਗਏ। ਸਾਰੇ ਜਵਾਨਾਂ ਦੀਆਂ ਲਾਸ਼ਾਂ ਫਿਲਹਾਲ ਬਰਾਮਦ ਕਰ ਲਈਆਂ ਗਈਆਂ ਨੇ। ਤਾਂ ਭਾਰਤੀ ਫੌਜ ਦੇ ਜਵਾਨਾਂ ਨਾਲ ਇਹ ਹਾਦਸਾ ਚੀਨ ਦੀ ਸਰਹੱਦ ਯਾਨੀ ਕਿ ਅਸਲ ਕੰਟਰੋਲ ਰੇਖਾ LAC ਨੇੜੇ ਵਾਪਰਿਆ। ਇਹ ਦੌਲਤ ਬੇਗ ਪੁਰਾਣੀ ਕਾਰਾਕੋਰਮ ਰੇਂਜ 'ਚ ਸਥਿਤ ਹੈ, ਜਿੱਥੇ ਕਿ ਭਾਰਤੀ ਫੌਜ ਦਾ ਬੇਸ ਕੈਂਪ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੱਦਾਖ ਦੇ LAC ਨੇੜੇ ਅਚਾਨਕ ਆਏ ਹੜ੍ਹ 'ਚ ਫੌਜ ਦੇ ਇਹ 5 ਜਵਾਨ ਵਹਿ ਗਏ ਨੇ, ਜਿਸ ਤੋਂ ਬਾਅਦ ਜਾਣਕਾਰੀ ਮੁਤਾਬਕ ਫੌਜ ਦਾ ਟੈਂਕ ਨਦੀ ਦੇ ਇੱਕ ਡੂੰਘੇ ਹਿੱਸੇ ਨੂੰ ਪਾਰ ਕਰ ਰਿਹਾ ਸੀ ਜਦੋਂ ਉਹ ਉੱਥੇ ਹੀ ਫਸ ਗਿਆ। ਇਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਟੈਂਕ ਦੇ ਅੰਦਰ ਵੀ ਪਾਣੀ ਭਰ ਗਿਆ, ਜਿਸ ਕਾਰਨ ਜਵਾਨਾਂ ਦੀ ਮੌਤ ਹੋ ਗਈ। ਹਾਲਾਂਕਿ ਇੱਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਝੜਪ ਨਹੀਂ ਹੋਈ ਹੈ, ਨਾ ਹੀ ਕਿਸੇ ਦੁਸ਼ਮਣ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ, ਪਰ 5 ਜਵਾਨ ਸ਼ਹੀਦ ਹੋ ਗਏ ਨੇ। ਦੱਸ ਦਈਏ ਕਿ ਉੱਧਰ ਇਸ ਘਟਨਾ 'ਤੇ ਰੱਖਿਆ ਮੰਤਰੀ ਸਣੇ ਰਾਹੁਲ ਗਾਂਧੀ ਅਤੇ ਹੋਰ ਕਈ ਵੱਡੇ ਆਗੂਆਂ ਵੱਲੋਂ ਦੁੱਖ ਜਤਾਇਆ ਗਿਆ ਅਤੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਟੈਂਕ 'ਚ ਫੌਜ ਦੇ 5 ਜਵਾਨ ਮੌਜੂਦ ਸੀ, ਜਿਨ੍ਹਾਂ ਵਿੱਚ 1 JCO ਅਤੇ 4 ਸੈਨਿਕ ਸ਼ਾਮਲ ਸਨ। ਸਾਰੇ 5 ਜਵਾਨ ਇਸ ਹਾਦਸੇ ਦੌਰਾਨ ਸ਼ਹੀਦ ਹੋ ਗਏ ਨੇ। ਸਾਰਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਹਰ ਪਾਸੇ ਸ਼ੋਕ ਦਾ ਮਾਹੌਲ ਹੈ। ਦੱਸ ਦਈਏ ਕਿ ਇਹ ਹਾਦਸਾ ਭਾਰਤੀ ਫੌਜ ਦੇ T-72 ਟੈਂਕ ਨਾਲ ਵਾਪਰਿਆ ਹੈ। ਭਾਰਤ ਕੋਲ ਕੁੱਲ 2400 T-72 ਟੈਂਕ ਨੇ। ਭਾਰਤ ਫੌਜ ਲੰਮੇ ਸਮੇਂ ਤੋਂ ਇਹਨਾਂ ਟੈਂਕਾਂ ਦੀ ਵਰਤੋਂ ਕਰਦੀ ਆ ਰਹੀ ਹੈ। ਹਾਦਸੇ ਦੇ ਸਮੇਂ ਉੱਥੇ ਕਈ ਹੋਰ ਟੈਂਕ ਵੀ ਮੌਜੂਦ ਸੀ, ਪਰ ਇਹਨਾਂ ਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।